ਲੁਧਿਆਣਾ ਵਿਊ ਵੱਲੋਂ ਹੱਥੀ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ, ਮਜ਼ਦੂਰਾਂ, ਕਿਸਾਨਾਂ ਨੂੰ ਮਈ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਗਾਰਾਂ ਅਤੇ ਮਿਹਨਤਕਸ਼ਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹਨਾਂ ਸੰਸਥਾਵਾਂ ਦੀ ਕਾਮਯਾਬੀ ਲਈ ਵੱਡੀ ਸੰਖਿਆ ਵਿੱਚ ਮਿਹਨਤਕਸ਼ ਆਪਣੇ ਹੱਥਾਂ, ਅਕਲ, ਇਲਮ ਅਤੇ ਤਨਦੇਹੀ ਨਾਲ ਜੁਟੇ ਹੁੰਦੇ ਹਨ। ਕਿਸੇ ਵੀ ਉਦਯੋਗ ਦੀ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮਗਾਰ ਅਤੇ ਸਰਕਾਰ ਅਹਿਮ ਧੜੇ ਹੁੰਦੇ ਹਨ। ਕਾਮਗਾਰਾਂ ਦੇ ਬਿਨਾਂ ਕੋਈ ਵੀ ਉਦਯੋਗਿਕ ਢਾਂਚਾ ਖੜਾ ਨਹੀਂ ਰਹਿ ਸਕਦਾ। ਭਾਰਤ ਵਿੱਚ 1 ਮਈ ਦਾ ਦਿਵਸ ਸਭ ਤੋਂ ਪਹਿਲਾਂ ਚੇਨਈ ਵਿਖੇ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਵੇਲੇ ਇਸ ਨੂੰ ਮਦਰਾਸ ਦਿਵਸ ਦੇ ਤੌਰ ਤੇ ਪ੍ਰਮਾਣਿਤ ਕਰ ਲਿਆ ਗਿਆ ਸੀ। ਭਾਰਤ ਵਿੱਚ ਮਦਰਾਸ ਦੇ ਹਾਈ ਕੋਰਟ ਸਾਹਮਣੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਸੰਕਲਪ ਨੂੰ ਪਾਸ ਕਰਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਕਾਮਗਾਰ ਦਿਵਸ ਦੇ ਤੌਰ ਤੇ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਭਗ 80 ਮੁਲਕਾਂ ਵਿੱਚ ਇਹ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ, ਜਿਸ ਦੇ ਪਿੱਛੇ ਤਰਕ ਹੈ ਕਿ ਇਹ ਦਿਨ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ਤੇ ਪ੍ਰਮਾਣਿਤ ਹੋ ਚੁੱਕਾ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਗਾਰਾਂ ਅਤੇ ਕਿਸਾਨਾਂ ਤੇ ਨਿਰਭਰ ਕਰਦੀ ਹੈ। ਉਦਯੋਗਪਤੀ ਮਾਲਕ ਜਾਂ ਪ੍ਰਬੰਧਕ ਸਮਝਣ ਦੀ ਬਜਾਏ ਆਪਣੇ ਆਪ ਨੂੰ ਟਰੱਸਟੀ ਸਮਝਣ ਲੱਗੇ। ਇਸ ਬਾਰੇ ਉਹਨਾਂ ਕਿਹਾ ਕਿ ਲੋਕਤਾਂਤਰਿਕ ਢਾਂਚਿਆਂ ਵਿੱਚ ਸਰਕਾਰ ਵੀ ਲੋਕਾਂ ਦੀ ਤਰਫੋਂ ਚੁਣੀ ਜਾਂਦੀ ਹੈ, ਜੋ ਰਾਜਨੀਤਿਕ ਲੋਕਾਂ ਨੂੰ ਆਪਣੇ ਦੇਸ਼ ਦੀ ਬਾਗਡੋਰ ਟਰੱਸਟੀ ਦੇ ਰੂਪ ਵਿੱਚ ਸੌਂਪਦੇ ਨੇ। ਉਹ ਪ੍ਰਬੰਧ ਚਲਾਉਣ ਲਈ ਮਜ਼ਦੂਰਾਂ, ਕਾਮਗਾਰਾਂ ਅਤੇ ਕਿਸਾਨਾਂ ਦੀ ਬਿਹਤਰੀ, ਭਲਾਈ, ਵਿਕਾਸ, ਅਮਨ ਅਤੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੁੰਦੇ ਨੇ। ਭਾਰਤੀ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਾਮਗਾਰਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ ਅਤੇ ਉਸ ਵੇਲੇ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਦੀ ਰੋਟੀ ਨਾ ਖਾ ਕੇ ਉਸਦਾ ਹੰਕਾਰ ਤੋੜਿਆ ਸੀ ਅਤੇ ਭਾਈ ਲਾਲੋ ਦੀ ਕਿਰਤ ਕਮਾਈ ਨੂੰ ਸਤਿਕਾਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ਕੰਮ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣ ਦਾ ਸੰਦੇਸ਼ ਦਿੱਤਾ। ਗਰੀਬ ਮਜ਼ਦੂਰ ਅਤੇ ਕਾਮਗਾਰ ਦਾ ਨਿਮਰਤਾ ਨਾਲ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤੱਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ। ਸਿੱਖ ਸਮੁਦਾਇ ਵਿੱਚ 1 ਮਈ ਨੂੰ ਭਾਈ ਲਾਲੋ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਪੱਥਰ ਤੋੜ ਰਿਹਾ ਮਜ਼ਦੂਰ ਥੱਕ ਕੇ ਮਿਹਨਤ ਤੋਂ ਹੈ ਜ਼ੋਰ, ਫਿਰ ਵੀ ਕਰਦਾ ਜਾਂਦਾ ਕੰਮ, ਸ਼ਰਮ ਦੀ ਮਹਿਮਾ ਹੈ ਮਸ਼ਹੂਰ। ਮਿਹਨਤ ਤੋਂ ਨਾ ਪਿੱਛੇ ਰਹਿੰਦਾ, ਕਦੇ ਕੰਮ ਤੋਂ ਇਹ ਨਾ ਡਰਦਾ, ਪਰਬਤ ਕੱਟ ਬਣਾਉਂਦਾ ਰਾਹ, ਨਵ ਨਿਰਮਾਣ ਸ਼੍ਰਮਿਕ ਹੈ ਕਰਦਾ। ਨਦੀਆਂ ਤੇ ਇਹ ਬਾਂਧ ਬਣਾਉਂਦਾ, ਰੇਲ ਪਟਰੀਆਂ ਇਹ ਵਿਛਾਉਂਦਾ, ਸ਼੍ਰਮ ਦੀ ਸ਼ਕਤੀ ਨਾਲ ਮਜ਼ਦੂਰ ਕੱਲ ਕਾਰਖਾਨੇ ਭਵਨ ਬਣਾਉਂਦਾ, ਖੇਤ ਚ ਕਰਦਾ ਮਿਹਨਤ ਪੂਰੀ, ਪਾਉਂਦਾ ਹੈ ਕਿਸਾਨ ਮਜ਼ਦੂਰੀ, ਕਤਰਾਂਦਾ ਜੋ ਵੀ ਸ਼੍ਰਮ ਤੋਂ ਉਸਨੂੰ ਘੇਰਦੀ ਹੈ ਮਜਬੂਰੀ। ਇੱਕ ਵਾਰ ਫਿਰ ਤੋਂ ਆਪ ਸਾਰਿਆਂ ਨੂੰ ਮਈ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।